ਪਤੰਗਾਂ ਹਫ਼ਤੇ ਨੂੰ ਪਤੰਗਾਂ ਦਾ ਹੀ ਰਹਿੰਦਾ, ਵੱਡੀ ਪਤੰਗ ਹੈ ਨਹੀਂ ਉਹਨਾਂ ਕੋਲ, ਖਤਮ ਹੋ ਗਈਆਂ ਨੇ ਦੋ ਚਾਰ, ਉਹ ਨਾਲ ਵੀ ਤੇਰੇ ਜੀ ਜਿਹਨਾਂ ਦੇ ਨਾਲ ਲੈ ਕੇ ਉੱਡ ਜਾਂਦੀ ਉਹ। ਚਲੋ ਵੈਲਕਮ ਕਰੋ, ਵੈਲਕਮ ਕਰੋ, ਵਲੌਗ ਸ਼ੁਰੂ ਕਰਤਾ ਮੈਂ। ਹੈਲੋ ਫਰੈਂਡਸ, ਕਿਵੇਂ ਸਾਰੇ, ਵੈਲਕਮ ਬੈਕ ਟੂ ਆਰ ਚੈਨਲ ਗੁਰਸ਼ੀਲ ਗੁਰਫਤਿਹ ਫੈਮ। ਤੇ ਅੱਜ ਮੈਂ ਆਪਾਂ ਪਾਸ ਇੱਕ ਚੀਜ਼ ਨੋਟਿਸ ਕੀਤੀ ਕਿ ਆਪਾਂ ਨੇ ਅੱਜ ਚਿੱਟੀ ਸੂਟੀ ਬੰਨੀ, ਚਿੱਟੀ ਨਹੀਂ ਗ੍ਰੇ ਜੀ, ਕਾਲੀ ਪੱਗ ਦੇ ਥੱਲੇ ਵਧੀਆ ਲੱਗ ਰਿਹਾ। ਦਾਦੂ ਲੈ ਆਏ ਨੇ ਇਹਨਾਂ ਨੂੰ ਟੀ ਸ਼ਰਟ ਪੜ ਕੇ ਆਗਾ, ਭੁੱਲ ਸੋਹਣਾ ਲੱਗਦਾ ਓਏ। ਅੰਬਾਲੇ ਜਾਣਾ, ਜਿੱਥੇ ਕੋ ਕੋ ਸੀ ਚੱਲ ਪਾਂ, ਅੰਬਾਲੇ ਚੱਲੋ, ਮੈਨੂੰ ਪਤੰਗਾ ਚਾਹੀਦੀ, ਮੈਨੂੰ ਪਤੰਗਾ ਚਾਹੀਦੀ। ਚੱਲ ਪਤੰਗਾ ਨਾ ਤੈਨੂੰ ਡਾਂ, ਤੈਨੂੰ ਡਾਨਾ ਅੱਜ ਮੈਂ, ਚੱਲ ਦੱਸਣਾ ਮੈਂ ਤੈਨੂੰ ਕਿਵੇਂ ਡਾਈ ਦੇ। ਚੱਲ ਚਲੋ ਅੰਦਰ ਚਲੋ ਮੇਰੇ ਬੱਚੇ। ਹੁਣ ਫਤਿਹ ਨੂੰ ਅੱਜ ਅਸੀਂ ਲਵਾਉਣ ਚੱਲੇ ਟੀਕਾ, ਮੋਬਾਈਲ ਦੀ ਜਾਨ ਨਹੀਂ ਛੱਡਦਾ, ਅਤੇ ਅੱਜ ਸੀਰਤ ਨੂੰ ਵੀ ਲੱਗਣਾ। ਸੀਰਤ ਬੇਟਾ ਵੀ ਰੇਡੀ, ਓਕੇ, ਅਤੇ ਹੁਣ ਚੱਲਦੇ ਹਾਂ ਆਪਾਂ ਸ਼ਹਿਰ, ਟੀਕਾ ਉਸ ਹਿਸਾਬ ਨਾਲ, ਇਹਦੇ ਹਿਸਾਬ ਨਾਲ ਲੱਗਦਾ ਨਹੀਂ ਨਹੀਂ ਹੋਰ, ਤੂੰ ਪਹਿਲਾਂ ਆਪਣੇ, ਤੂੰ ਪਹਿਲਾਂ ਵੇਖਣ ਲੱਗ ਜਾ, ਤੇਰੇ ਕੋਲ ਇੰਨੇ ਸ਼ੂਜ਼ ਨੇ ਫਤਿਹ, ਦੀਦੀ ਕੋਲ ਹੈ ਨਹੀਂ ਤਾਂ ਕਰਕੇ। ਸੀਤ ਬੱਚੀ ਸੋਹਣਾ ਜੇ ਵੇਖ ਨਾ, ਵਧੀਆ ਜੇ ਬੇਟਾ, ਕੋਈ ਜਚਨ ਲੱਗੀ ਗੱਲ, ਹੋਰ ਇੰਨਾ ਕੁਛ ਪਿਆ ਇੱਥੇ, ਹੋਰ ਕੁਛ ਵੇਖ ਲੈ। ਪਤਾ ਹੋਵੇ ਮੇਰੀ ਗੱਲ ਸੁਣ, ਆਹ ਰੈੱਡ ਟੇਪ ਏ, ਤੂੰ ਜੋਰਡਨ ਪਾਏ ਨੇ, ਜੋਰਡਨ ਤੇ ਉਹਦਾ ਫਰਕ ਨੀ, ਬੜੇ ਲਾਈਟ ਲਾਈਟ ਕਲਰ ਸੀ, ਵਾਈਟ ਵਾਈਟ, ਤੇ ਵਾਈਟ ਵਾਈਟ ਕਿੰਨੇ ਹੀ ਨੇ। ਕਾਦੀ ਪਿਛੂਤ ਲਏ ਨੇ ਭਰਾਵਾਂ, ਚੱਲ 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 ਜਲਦੀ ਚੱਲ, ਉਹ ਰੁੱਸਿਆ ਬੈਠਾ ਜੀ, ਮਾਂ ਜੀ ਉਹ ਰੁੱਸਿਆ ਬਾਹਰ, ਤੇਰਾ ਤੇਰੇ ਵੱਡੇ ਨੂੰ ਮਿਲੇਗਾ। ਹੁਣ ਤੇ ਦੀਦੀ ਆਵੇ, ਮੋਟੂ ਕਿੱਧਰ ਪੜਿਆ, ਗਰਲਿਸ਼ ਮੇਰੇ ਸਿਰ ਤੇ ਕੀ ਡਾਇਰੀਆਂ ਡੂਰੀਆਂ, ਤੂੰ ਹਰ ਸਾਲ ਲੈ ਲੈਂਦੀ ਨਹੀਂ, ਕਮਲ ਘੁੱਤ ਜਾਂਦਾ ਚੰਗਾ ਵੱਡੇ ਆਉਂਦਾ, ਐਸੇ ਵੱਡੇ ਕਹਿੰਦੇ ਤੈਨੂੰ ਤਾਂ ਕਮਲ ਘੁੱਤ ਜਾਂਦੇ। ਸਿਰ ਬੇਟਾ ਇੱਧਰ ਆ ਕੇ ਵੇਖੋ, ਤੂੰ ਤੂੰ ਕੀ ਕਰਨਾ ਉਹਦਾ, ਬੈਗ ਬੜੇ ਸੋਹਣੇ ਸੋਹਣੇ ਨੇ ਬਈ, ਹੈ ਵੀ ਮਜ਼ਬੂਤ ਨੇ, ਅਤੇ ਮੇਰੇ ਕੋਲ ਟਰਿਸਟਰ ਦਾ ਸਕਾਈ ਬੈਗ, ਵਧੀਆ ਸਕਾਈ ਬੈਗ ਦਾ ਸ਼ਾਨਦਾਰ ਯਾਦ ਬੇਸਿਨ ਦੇ ਪਈ ਸੀ, ਇੱਧਰ ਆ ਜਾ ਭਾਜੀ, ਇਹਨਾਂ ਨੇ ਕਹਿੰਦੇ ਨਵਾਂ ਲੋਟ ਆਇਆ 2024 ਦੇ ਲੇਟੈਸਟ ਸਕਾਈ ਬੈਗ ਦੇ ਨੇ, ਇਹਨਾਂ ਜੋ ਹੁਣ ਕਲਰ ਪਸੰਦ ਕਰੋ, ਕਿਆ ਸ਼ਾਨਦਾਰ ਬੈਗਸ ਨੇ, ਸਪੈਸ਼ਲ ਨਵਾਂ ਲੋਟ ਹੋਣੀ ਆਇਆ ਤੇ ਖੋਲ ਦਿੱਤਾ ਭਾਜੀ ਨੇ ਸਾਡੇ ਹੱਥੇ। ਮੰਮਾ ਕਹਿ ਰਹੇ ਨੇ ਪੈਨ ਲੈ ਲੈ, ਕਿਹੜਾ ਉਹ ਵਾਲਾ, ਉਹ ਗਨ ਵਾਲਾ, ਉਹ ਹੁਣੇ ਟੁੱਟ ਜਾਣੀ ਆ, ਉਹ ਜਿਆਦਾ ਵੱਡਾ ਨਹੀਂ ਲੱਗਦਾ, ਨਹੀਂ ਨਹੀਂ ਅਸੀਂ ਲੱਗਦਾ ਬੇਟਾ ਸਹੀ ਹੈ, ਸਾਈਜ਼ ਵਧੀਆ ਹੈ, ਵੱਡਾ ਕਿਉਂ, ਕਿਆ ਵੇਖ ਬਹੁਤ ਵਧੀਆ ਕਲਰ ਆਇਆ, ਸਾਰੇ ਇੱਕ ਤੋਂ ਇੱਕ ਨੇ ਸੀਰਤ, ਜਿਹੜਾ ਮਰਜ਼ੀ ਚੂਜ਼ ਕਰ ਲੈ, ਕਿਆ ਬੈਗ,
ਜ਼ਬਰਦਸਤ ਨੇ ਰੂਹ ਖੁਸ਼ਕ ਤੂੰ ਕੀ ਚੁੱਕ ਲਿਆ ਜਟਾ ਕੀ ਇਹ ਪੈਨ ਨੇ ਕੀ ਫਤਿਹ ਹੈ ਬਹੁਤ ਸ਼ਾਨਦਾਰ ਇਹਨੂੰ ਬੜੇ ਸਵਾਦ ਆਉਂਦੇ ਨੇ ਫਤਿਹ ਕੀ ਕਰਦਾ ਰਹਿੰਦਾ ਤੂੰ ਹੈ ਨਾ ਓਏ ਸੀਰਤ 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 ਬਹਿ ਜਾ ਜੀ ਸਿਆਣੀ ਬਣ ਜਾ ਅੱਜ ਕੰਮ ਦੁਬਈ ਵਾਲੀ ਦੁਕਾਨ ਜਿਹੜੀ ਆਈਟਮ ਕਹੋਗੇ ਗੈਲੈਕਸੀ ਬਣਾ ਦਿੰਦੀ ਹੈ ਤੁਸੀਂ ਆਪਣੀ ਤੇ ਪੀਵੀਸੀ ਹੈ ਭਾਜੀ ਨੇ ਵੀ ਕਰਤਾ ਭਾਜੀ ਨੇ ਆਈਡੀਆ ਲਾ ਲਿਆ ਵੀ ਸਿਰ ਦਾ ਵੱਡੇ ਵੱਡੇ ਤੇ ਜ਼ਿਆਦਾ ਗਿਫਟ ਦੇ ਹਾਂ ਬਿਲਕੁਲ ਐਸੇ ਐਸੇ ਥੈਂਕ ਯੂ ਸੋ ਮਚ ਭਾਜੀ ਧੰਨਵਾਦ ਬਹੁਤ ਹੋਈ ਆਈ ਮੈਨੂੰ ਚਾਹੀਦਾ ਸੀ ਤੇ ਬੇਟਾ ਕੀ ਬਸ ਹੈ ਉਹ ਸਿਰਫ ਆਈ ਸਿਰਫ ਲਾਈਟਾਂ ਜੀ ਆ ਹੋਰ ਇਸ ਕੇ ਇਲਾਵਾ ਕਿਹੜਾ ਬੰਜੇ ਗਾਂ ਦੇ ਰਹੀ ਜਬ ਹੋਗੀ ਨਾ ਤੋ ਲਾਈਟ ਚੱਲਦੇ ਆ ਦੇ ਰਹੇ ਮਤਲਬ ਬਸ ਬਣੀ ਆ ਬੱਚੀ ਥੱਲੇ ਕਰਕੇ ਉਹਨੂੰ ਖੁੱਲ ਗਈ ਕਿੰਨੀ ਸੋਹਣੀ ਬਣਾਈ ਹੈ ਨਾ ਬੱਸ ਜੀ ਜ਼ਬਰਦਸਤ ਬਦਮ ਖਾ ਇੱਧਰ ਸ਼ੋ ਕਰ ਬੋਟਲ ਨਿਆਣੇ ਖੇਡਦੇ ਰੋ ਵਿੱਚ ਪਾਣੀ ਨਹੀਂ ਵਿੱਚ ਦੇ ਵਿੱਚ ਪੂਰਾ ਕੇਕ ਨੱਪਤਾ ਸੀ ਹੁਣ ਮੈਂ ਪੂਰੀ ਸਪਰੇ ਨੱਪਦਾਗਾ ਨਹੀਂ ਬੱਚੀ ਗਲਤ ਗੱਲ ਰੱਖ ਦੇ ਮੈਂ ਨਹੀਂ ਰੱਖ ਦੇ ਮੈਂ ਨਹੀਂ ਸਿਆਣਾ ਬਣ ਜਾ ਹਾਂਜੀ ਕੀ ਕਰਨਾ ਇਹਦਾ ਨਿੱਕੀ ਜੀ ਕੱਪੀ ਕੀ ਕੱਟਣੀ ਹੋਰ ਨਹੀਂ ਕੇਕ ਤਾਂ ਕੀ ਕਰਨਾ ਬੇਟਾ ਆਟੇ ਦਾ ਬਣਾ ਕੇਕ ਤੇਰਾ ਕੱਟ ਦਾਂਗੇ ਹਾਂ ਬਈ ਕਿਵੇਂ ਆਜ ਹੈ ਮੇਰੇ ਮੋਟੇ ਆਲੂ ਮਟਵਾ ਆਲੂ ਦਾ ਬਰਥਡੇ ਹੈਪੀ ਬਰਥਡੇ ਟੂ ਯੂ ਆਲੂ ਮਟਵਾ ਆਲੂ ਸਾਰੇ ਵਿਸ਼ ਕਰ ਦੋ ਜੀ ਫਟਫੜ ਆ ਜੇ ਗੁਰਸੀਰਤ ਦਾ ਬਰਥਡੇ ਹੈਪੀ ਬਰਥਡੇ ਟੂ ਯੂ ਮਾਈ ਸਵੀਟ ਡੋਲ ਫਤਿਹ ਦੀਦੀ ਨੂੰ ਹੈਪੀ ਬਰਥਡੇ ਬੋਲੋ ਹੈਪੀ ਬਰਥਡੇ ਕਿਵੇਂ ਫਿਰ ਅੱਜ ਕੀ ਤਰੀਕ ਹੈ ਅੱਜ ਅੱਜ 7th ਫੈਬੇ ਤੇ ਅੱਜ ਮੇਰਾ ਬਰਥਡੇ ਵੀ ਮੈਨੂੰ ਬਹੁਤ ਐਕਸਾਈਟਮੈਂਟ ਹੈ ਲੇਕਿਨ ਖੁਸ਼ ਨਹੀਂ ਆ ਪਰ ਲੇਕਿਨ ਕਿਉਂ ਖੁਸ਼ ਕਿਉਂ ਨਹੀਂ ਹੈ ਕਿਉਂਕਿ ਜੋ ਮੈਂ ਗਿਫਟ ਮੰਗਿਆ ਸੀ ਮੈਨੂੰ ਮਿਲਿਆ ਨਹੀਂ ਕੀ ਗਿਫਟ ਮੰਗਿਆ ਸੀ ਤੁਸੀਂ ਤੁਹਾਨੂੰ ਪਤਾ ਹੀ ਹੈ ਕੀ ਗਿਫਟ ਮੰਗਿਆ ਸੀ ਚੁਆਵਾ ਬੇਟਾ ਚੁਆਵਾ ਚੁਆਵਾ ਦਾ ਕੀ ਕਰਨਾ ਤੂੰ ਰੱਖ ਲੈ ਹੋਰ ਬੜੇ ਮੈਂ ਗਿਫਟ ਰੱਖ ਲੈ ਮੇਰੇ ਲਈ ਵੀਰੇ ਨੇ ਤੈਨੂੰ ਕਿੰਨਾ ਸੋਹਣਾ ਗਿਫਟ ਦਿੱਤਾ ਬੱਚੀ ਆਈ ਤੈਨੂੰ ਇੰਨੇ ਗਿਫਟ ਦੇਣੇ ਆ ਸੀ ਹਾਂ ਤੁਸੀਂ ਮੇਰੇ ਹਰ ਵਾਰ ਦੀ ਕੋਸ਼ਿਸ਼ ਪੂਰੀ ਕਰਦੇ ਲੇਕਿਨ ਇਸ ਵਾਰ ਕਿਉਂ ਨਹੀਂ ਕੀਤੀ ਇਸ ਹੁਣ ਤੂੰ ਵੱਡਾ ਸਾਰਾ ਹੋ ਗਿਆ ਸਾਰੀਆਂ ਵਿਸ਼ ਥੋੜੀ ਪੂਰੀ ਹੋਈ ਜਾਣਗੀਆਂ ਮੇਰੇ ਬਰਥਡੇ ਤੇ ਪੋਕਟ ਬਾਈ ਕਰੇਗੀ ਪੋਕਟ ਬਾਈ ਨਹੀਂ ਚਿੱਤਰ ਆਣਗੇ ਛੋਟੇ ਬੱਚਿਆਂ ਨੂੰ ਵਿਸ਼ ਪੂਰੀ ਕਰੀ ਦੀ ਵੱਡਿਆਂ ਦੇ ਕੀ ਵੱਡੇ ਵਾ ਤੇਰੀ ਨਵੇਂ ਨਵੇਂ ਸ਼ੂਜ਼ ਅੱਜ ਵੱਡੇ ਤੇ ਪਾਏ ਨੇ ਦੋਵਾਂ ਨੇ ਫਤਿਹ ਸੀਰਤ ਤੇ ਚਲ ਆ ਗਿਫਟ ਸ਼ੂਜ਼ ਲੈ ਕੇ ਦਿੱਤਾ ਇੱਕ ਹੋਰ ਵੀ ਫਤਿਹ ਪਤਾ ਨਹੀਂ ਹਮੇਸ਼ਾ ਮੇਰੇ ਬਰਥਡੇ ਤੇ ਨਾ ਜਿੰਨੇ ਇਹ ਫਰੀ ਦਾ ਪਰੋਣਾ ਹੈ ਇਹਨੂੰ ਨਾਲ ਪੂਰੇ ਬਰਾਬਰ ਚਲ ਕੋਈ ਨਹੀਂ ਤੇ ਵੱਡੇ ਦੇ ਤੁਹਾਨੂੰ ਫਿਰ ਤੂੰ ਦਵਾਂ ਕੀ ਮਿਲ ਗਈ ਸਟੇਸ਼ਨਰੀ ਤੂੰ ਤਿਆਰ ਹੀ ਰਹਿਣਾ ਹੋਰ ਕੀ ਚਲੋ ਜੀ ਕਿਚਨ ਚ ਚੱਲੀਏ ਕੀ ਹੈ ਕਿਚਨ ਚ ਕੀ ਹੈ ਦੁਕਾਨ ਨੂੰ ਮੋਬਾਈਲ ਸਰਪ੍ਰਾਈਜ਼ ਸੀ ਤਾਂ ਕੀ ਸਰਪ੍ਰਾਈਜ਼ ਦਿੱਤਾ ਮੰਮਾ ਨੇ ਕੜਾਈਆਂ ਦੇ ਸਭ ਤੋਂ ਪਹਿਲਾਂ ਵੇਖ
ਪਾਸਤਾ ਸਭ ਤੋਂ ਪਹਿਲਾਂ ਬਣਾਇਆ ਨਹੀਂ ਕਿੰਨੂ ਪਾਸਤਾ ਉਸ ਵੱਡੀ ਨੂੰ ਫਿਰ ਚੀਜ਼ ਚਿੱਲੀ ਵੈਰੀ ਗੁੱਡ ਫਿਰ ਮੈਂ ਮਚੂਰੀਅਨ ਹੋਰ ਕੀ ਹੈ ਕਿੰਨੇ ਕਿਤੇ ਲਈ ਬਣਾਇਆ ਇੰਨਾ ਕੁਛ ਖਾ ਲਾਂਗੇ ਆਪਾਂ ਭੁਜੀਆਂ ਵੀ ਖਾਣ ਲੱਗੀਆਂ ਨੇ ਮਜ਼ਾ ਆਏਗਾ ਆ ਜਾਣਗੀਆਂ ਸਾਡੀਆਂ ਭੈਣਾਂ ਸੀਰਤ ਦੀਆਂ ਭੂਆ ਹਰਿਆਣਗੀਆਂ ਉਹ ਵੱਡੇ ਵਾਲੇ ਦਿਨ ਤੇ ਨਾ ਲੜੋ ਸਿਰ ਦੀ ਡਰੈਸ ਦੱਸੋ ਬਈ ਰੇਟ ਮੇਰੇ ਦੱਸੋ ਸਿਰ ਦੀ ਪੈਣੀ ਦੀ ਹੈ ਰੇਟ ਕਰੋ ਫਤਿਹ ਦੀ ਵੀ ਡਰੈਸ ਕਿਵੇਂ ਦੀ ਲੱਗ ਰਹੀ ਹੈ ਤੇ ਸੀਰਤ ਦੀ ਵੀ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਲੱਗ ਰਹੇ ਨੇ ਬੱਚੇ ਫਤਿਹ ਯਾਰ ਹੁਣ ਹੀ ਨਾ ਕੋ ਗੜਬੜ ਕਰਦੀ ਬੱਚੇ ਸੋਣਾ ਬੱਚੂ ਇਟਸ ਮਾਈ ਬਰਥਡੇ ਚਲਾ ਜਾਓ ਉਹਨੂੰ ਰੱਖ ਦੇ ਇਟਸ ਮਾਈਨ ਕੀ ਕਰ ਰਿਹਾ ਮੇਰਾ ਬੱਚੂ ਸੋਣ ਸੋਣਾ ਸੂਟ ਹੈ ਦਾਦੀ ਮੰਮਾ ਦਾ ਉਹ ਤਾਂ ਜੀ ਓਹ ਓਹ ਨੋ ਪਿਆਰ ਮਮਤਾ ਲੈ ਇੰਨਾ ਪਿਆਰ ਇੰਨਾ ਪਿਆਰ ਸੀਰਤ ਦਾ ਆ ਰਿਹਾ ਮਮਤਾ ਬੱਚਿਆਂ ਨੂੰ ਟੋਪੀਆਂ ਲੈ ਪੱਕਣ ਨੂੰ ਚਾਹੋ ਬੱਚਿਆਂ ਨੂੰ ਠੀਕ ਨਹੀਂ ਤੇ ਟੋਪੀਆਂ ਨਹੀਂ ਹੈਪੀ ਬਰਥਡੇ ਮੋਟੂ ਭਾਲੂ ਆਲੂ ਮੁਤ ਭਾਲੂ ਆਪਣੇ ਬੇਸ ਨੇ ਆਪਣਾ ਹੀ ਸਾਰਾ ਪਨੀਰ ਘਰ ਦਾ ਸਬਜ਼ੀਆਂ ਤੇ ਚਲੋ ਮੁੱਲ ਦੀਆਂ ਨੇ ਤੇ ਸਵੀਟ ਕੋਰਨ ਵੀ ਮੋਲ ਕੇ ਹੈ ਜੇ ਇਹ ਖਰਾਬ ਹੈ ਸਵੀਟ ਕੋਰਨ ਬਾਹਰ ਕੱਢੋ ਬਈ ਧਿਆਨ ਕਰਿਆ ਕਰੋ ਮਸ਼ਰੂਮ ਵਿੱਚ ਸਾਰਾ ਕੁਛ ਪਾ ਕੇ ਕਰੰਚੀ ਕਰੰਚੀ ਬਣਾਉਣਾ ਇਹ ਪੀਜ਼ਾ ਮਜ਼ਾ ਆਏਗਾ ਸ਼ੈਫ ਹੋਰ ਮੈਂ ਵੀ ਇੱਕ ਇੱਕ ਚੀਜ਼ ਟੇਸਟ ਕਰਨੀ ਮਰ ਜੇ ਤੂੰ ਭੁੱਖੜੋ ਇਹਦੇ ਕੰਟਰੋਲ ਨਹੀਂ ਹੋਣ ਦਿਆ ਟੇਸਟੀ ਹੈ ਮੈਨੂੰ ਚੈੱਕ ਕਰਾ ਫਿਰ ਮੈਂ ਟੇਸਟ ਕਰ ਕੇ ਦੇਖ ਚਲ ਬਸ ਰਹਿੰਦੇ ਚਲ ਬਾਅਦ ਚੋਂ ਖਾਵਾਂ ਇਕੱਠੇ ਉਤਰ ਤੇ ਲੈਣ ਦੋ ਪੂਜੀ ਯਾਰ ਨੂੰ ਰਾਜ ਹੋ ਰਾ ਬੜਾ ਤੂਫਾਨ ਚੱਲ ਗਿਆ ਬਾਈ ਇੱਕ ਪੂਜੀ ਆਈ ਸਤਿ ਸ੍ਰੀ ਅਕਾਲ ਬਾਈ ਜਿਹੜਾ ਕੀ ਹਾਲ ਏ ਜਿਹੜਾ ਕਿਵੇਂ ਆ ਪਾਗਲ ਹੋ ਗਏ ਨੇ ਪਰ ਜੇ ਤੂੰ ਕਿਸੇ ਹੋਰ ਨੂੰ ਵੀ ਸੂਲਾ ਮਾਰ ਲੈ ਪੂਜੀ ਹੋਰਾਂ ਨੂੰ ਸੂਲਾ ਮਾਰ ਪੂਜੀ ਫੋਟੋ ਖਿਚਾਉਣ ਲਈ ਆਪਣੀ ਸਟਾਈਲ ਮਾਰ ਮਾਰ ਕੇ ਚਲੋ ਕੇਕ ਖਾਈਏ ਚਲੋ ਉੱਧਰ ਪਹਿਲਾਂ ਛੋਟੀ ਕੇਕ ਹੀ ਖਾਵਾਂਗੇ ਫਿਰ ਵੱਡਾ ਕੇਕ ਖਾਵਾਂਗੇ ਵੀ ਸਾਡੇ ਸ਼ਿਆਲਰ ਨੇ ਪੀਜ਼ੇ ਇੱਧਰ ਹੁਣ ਪੀਜ਼ਾ ਪਹਿਲਾ ਪੀਜ਼ਾ ਅੱਛਾ ਨਹੀਂ ਅੱਛਾ ਪਹਿਲਾਂ ਰੱਖਿਆ ਹੋਇਆ ਪਹਿਲਾ ਵੰਚ ਹੈਗਾ ਅਗਲੇ ਹੁਣ ਬੈਕ ਟੂ ਬੈਕ ਤੇ ਮੰਮੀ ਬਣਾ ਰਹੇ ਨੇ ਇੱਧਰ ਫਰੈਸ਼ ਜੂਸ ਆਪਣਾ ਜੂਸਰ ਵਧੀਆ ਨਾ ਆਪਣਾ ਸਾਰੇ ਪੁੱਛਦੇ ਨੇ ਕਿਹੜੀ ਕਲਸੀ ਕੰਪਨੀ ਦਾ ਇਹ ਸੀਰਤ ਨੂੰ ਜਦੋਂ ਤੀਆਂ ਦੇ ਉੱਤੇ ਤਿਉਹਾਰ ਤੇ ਗਏ ਸੀ ਪਿਛਲੀ ਵਾਰੀ ਤੇ ਉਦੋਂ ਮਿਲਿਆ ਸੀ ਗਿਫਟ ਉਹਨਾਂ ਨੇ ਲਾ ਵੀ ਇੱਧਰ ਪਤੰਗਾਂ ਦੀ ਤਿਆਰੀ ਆਉਂਦੀ ਗਗਨ ਨੂੰ ਬਿਜ਼ੀ ਕਰਤਾ ਇਹਨਾਂ ਨੇ ਇਹਦੇ ਨਾਲ ਇਹ ਗਗਨਾਂ ਤੇ ਟੁੱਟ ਜਾਣਾ ਕੰਨਾ ਇਹਦੇ ਨਾਲ ਨਹੀਂ ਫਤਿਹ ਉਦਣ ਸਜਾਦ ਨੇ ਕਿਹਦੇ ਨਾਲ ਕੰਨੀਆਂ ਬੰਨੀਆਂ ਹਨ ਸਜਾਦ ਨੇ ਕਾਹਦੇ ਨਾਲ ਬੰਨੀ ਸੀ ਉਹਨੇ ਕਿੱਥੇ ਕਿੱਥੇ ਕਿੱਥੋਂ ਲਈ ਸੀ ਉਹਨੇ ਦਾਦੀ ਮੰਮਾ ਦੀ ਤੀ ਕੇ ਚੱਲਿਆ ਉਹਦੇ ਨਾਲ ਕੋਟ ਨਾਲ ਬੰਨੋ ਤਾਂ ਉੱਡੇ ਨੀ ਗਿਡਾਵਾਂਗੇ ਪਤੰਗ ਮਜ਼ਾ ਆਏਗਾ ਵਲੋਗ ਬਣੇਗਾ ਬੜਾ ਘੈਂਟ ਜਿਹਾ ਸ਼ੀਰ ਆਏਗਾ ਉਹਨੇ ਵਿਚਾਰਨ ਪੇਚੇ ਪਾਉਣ ਫਸਟ ਪੀਜ਼ਾ ਹੋ ਗਿਆ ਰੇੜੀ ਤੇ ਭੈਣ ਨੇ ਉੱਤੇ ਸੀਜ਼ਨਿੰਗ ਕਰਤੀ ਇਹਦੀ
ਓਰੀਗੈਨੋ ਤੇ ਚਿੱਲੀ ਫਲੇਕਸ ਪਾ ਦਿੱਤੇ ਨੇ ਸੀਰਪ। ਪੀਜ਼ਾ ਰੈਡੀ ਹੋ ਗਿਆ, ਮੈਨੂੰ ਭੁੱਖ ਲੱਗ ਗਈ ਸੀ। ਗੱਲ ਕਰਨੀ ਸੀ ਨਾ ਉਹ ਕਰੀ ਜਾਣਾ। ਹੁਣ ਫਾਈਨਲੀ ਜਿੰਦੂ ਭੂਜੀ ਅਰੀ ਵੀ ਆ ਗਏ ਨੇ ਤੇ ਹੁਣ ਸਾਰੇ ਇਕੱਠੇ ਹੋ ਜਾਣਗੇ। ਤੇ ਸਹਿਜ ਤੂੰ ਪਤੰਗਾਂ ਦੀ ਜਾਨ ਛੱਡ ਦੇ, ਕੁਛ ਨਹੀਂ ਜੜਦਾ, ਚੱਲ ਕਮਲਾ ਜਾ। ਮਾਸੀ ਦੇ ਹੱਥੀ ਵੀ ਪੈ ਗਏ ਨੇ ਫੋਨ, ਸਾਡਾ ਯਸ਼ ਆ ਗਿਆ ਬੜੇ 2.5 ਸਾਲ ਬਾਅਦ ਆਇਆ ਮਸਾਣੇ। ਅੱਛਾ ਦੋਵੇਂ ਭੈਣਾਂ ਦੀ ਮੈਚਿੰਗ ਹੋ ਗਈ, ਵੈਰੀ ਗੁੱਡ, ਸੇਮ ਸੂਟ ਦੋਵਾਂ ਦੇ, ਵੈਰੀ ਗੁੱਡ ਵੈਰੀ ਗੁੱਡ। ਦੋਵੇਂ ਭੈਣਾਂ ਦੇ ਸੂਟ ਸੇਮ ਸੇਮ ਹੋ ਗਏ ਨੇ। ਇਹ ਚੀਮਾ ਕ੍ਰੇਸ਼ਨ ਦੇ ਸਿੰਪਲ ਸੂਟ ਨੇ, ਸਿੰਪਲ ਨਹੀਂ ਵਧੀਆ ਸੂਟ ਨੇ। 2.5 ਸਾਲ ਬਾਅਦ ਸਾਡਾ ਯਸ਼ ਆਇਆ, ਯਸ਼ ਲੰਮਾ ਹੋ ਗਿਆ ਵਾਵਾ ਨਾ, ਜਵਾਨ ਹੋ ਗਿਆ ਮੁੰਡਾ ਸਾਡਾ, ਛੋਟਾ ਜਿਹਾ ਸੀ। ਤੇ ਆ ਇੱਧਰ ਪਤੰਗਾਂ ਵਾਲਿਆਂ ਨੇ ਆਪਣੀ ਆਖਰ ਚੁੱਕ ਲਈ ਏ, ਇਹਨਾਂ ਨੇ ਹੁਣ ਲਓ ਪੀ ਕੇ ਰੱਖਣਾ ਸਾਡਾ ਵੱਖਰਾ। ਤੂੰ ਤੋਂ ਇੱਧਰ ਆ ਜਾਓ, ਤੁਸੀਂ ਤੇ ਇਕਲੂ ਜਾ। ਵਾਹ ਪ੍ਰੈਜੈਂਟੇਸ਼ਨ ਵੇਖੋ ਮੈਂ ਕੀਤੀ ਮੈਂ, ਹੈ ਸੱਚੀ? ਮੈਂ ਸੋਚਿਆ ਤੇਰੀ ਮੰਮਾ ਦਾ ਆਈਡੀਆ। ਓ ਮਾਈ ਗੋਡ, ਫਤੇ ਰੁਕ ਜਾ, ਹੱਥ ਉੱਤੇ ਨੇ ਹੈਂਡ ਵਾਸ਼ ਕੀਤੇ ਨੇ। ਸਹਿਜ ਆ ਜਾ ਇੱਧਰ, ਕਹਿ ਕੀ ਹੋ ਗਿਆ? ਬੜੀ ਬਹਾਦਰੀ ਕਰ ਲਈ, ਇੱਕ ਬਾਈਟ ਨਾਲ ਤੇਰਾ ਢਿੱਡ ਵੀ ਭਰ ਗਿਆ। ਕਿਵੇਂ ਫਿਰ ਯਸਿਆ, ਕੈਨੇਡਾ ਦੇ ਪੀਜੇ ਵਧੀਆ ਨੇ ਕਿ ਆਪਣੇ ਘਰ ਵਾਲੇ ਵਧੀਆ ਨੇ? ਘਰ ਵਾਲੇ ਵਧੀਆ ਨੇ, ਉੱਥੇ ਫਿਰ ਜ਼ਿਆਦਾ ਪੀਜ਼ਾ ਬਰਗਰ ਹੀ ਚੱਲ ਰਹੇ ਨੇ ਕਿ ਲੰਗਰ ਪਾਣੀ? ਸੀਰਤ ਫਤਿਹ ਦੇ ਸਹਿਜ ਵਾਸਤੇ ਇਹਨਾਂ ਦਾ ਯਸ਼ ਵੀਰਾ ਲਿਆ ਚੋਕਲੇਟ, ਬੜਾ ਜਗਾੜ ਲਿਆ ਉਹ, ਕਿੰਨੀਆਂ ਚੋਕਲੇਟ ਵੱਡੀ ਵੱਡੀ ਤੁਹਾਡੀ ਬਲਸ਼ਰ ਗਲਸ਼ਰ ਪਤਾ ਨੀ ਕੀ ਨੀ ਬਈ, ਮਿਹਨਤੀ ਮੁੰਡਾ, ਪੜ੍ਹਦਾ ਵੀ, ਆਪਣੀ ਹਾਇਰ ਸਟੱਡੀ ਕਰ ਰਿਹਾ ਤੇ ਨਾਲ ਪੈਸੇ ਵੀ ਕਮਾਉਂਦਾ, ਸਿਆਣਾ ਬੱਚਾ। ਪੂਜੀ ਸੀਰਤ ਪੂਜੀ ਨੂੰ ਵੀ ਥੈਂਕ ਯੂ, ਪੱਪੂ ਜੀ ਨੂੰ ਵੀ ਤੇ ਵੀਰੇ ਨੂੰ ਸਪੈਸ਼ਲੀ। ਚੱਲ ਸੀਰਤ ਸਰਵਕਾਰ ਪੂਰਾ ਨੂੰ, ਗਗਨ ਪੱਪੂ ਨੂੰ, ਨਿੰਦੀ ਪੂਜੀ ਨੂੰ। ਆ ਪਹਿਲਾਂ ਮੌਜ ਜੋਗੀ ਖਾਣ ਲੱਗ ਜਾਂਦੀ ਹੈ, ਸਾਰੇ ਦਿਨ ਪਾਰਟੀ ਚੱਲੇਗੀ, ਹਰ ਘੰਟੇ ਬਾਅਦ ਆਪਣੀ ਹੋਮਮੇਡ ਵਰਾਈਟੀਆਂ ਚੱਲਣਗੀਆਂ। ਚਲੋ ਆ ਜਾਓ ਹੁਣ ਚੱਲੀਏ, ਸਾਰੇ ਬੈਠੇ ਨੇ, ਹੁਣ ਹੀ ਟਾਈਮ ਹੈ ਖਾਣ ਦਾ। ਜਿਵੇਂ ਮਾੜਾ ਜਿਹਾ ਨਾ ਬਸ ਐਵੇਂ ਕੀਤਾ। ਚਲੋ ਚਲੋ ਆ ਜਾਓ ਆ ਜਾਓ, ਤੁਸੀਂ ਮੰਦਰ ਚੱਲੀਏ, ਠੀਕ ਹੈ? ਪਹਿਲਾਂ ਮੈਂ ਕੈਮਰਾ ਉਧਰ ਜਾ ਕੇ ਸੈੱਟ ਕਰ ਲਾਂ ਅੰਦਰ, ਠੀਕ ਹੈ? ਸੈੱਟ ਕਰਕੇ ਹੁਣ ਪਤਾ ਨਹੀਂ ਲੱਗਣਾ ਚਾਹੀਦਾ। ਹਾਂ ਹਾਂ, ਤੇ ਸੀਰਤ ਨੂੰ ਐਂ ਧਿਆਨ ਨਾਲ ਬਸ।